ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ਤੇ ਸਥਿਤ ਇੱਕ ਪੈਲਸ ਵਿੱਚ ਚੱਲ ਰਹੇ ਵਿਆਹ ਸਮਾਰੋਹ ਦੇ ਦੌਰਾਨ ਸੂਟ ਬੂਟ ਪਾ ਕੇ ਆਇਆ ਸ਼ਾਤਿਰ ਚੋਰ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਬੈਗ ਵਿੱਚ ਲਗਭਗ 25 ਤੋਲੇ ਸੋਨੇ ਦੇ ਗਹਿਣੇ ਸਨ। ਚੋਰ ਦੀ ਇਹ ਘਟਨਾ CCTV ਵਿੱਚ ਕੈਦ ਹੋ ਗਈ। ਇਹ ਸ਼ਾਤਿਰ ਚੋਰ ਗੁਰਦੁਆਰਾ ਸਾਹਿਬ ਵਿਖੇ ਵੀ ਫੇਰਿਆ ਦੇ ਵੇਲੇ ਵੀ ਪਰਿਵਾਰ ਦੇ ਨਾਲ ਨਾਲ ਘੁੰਮਦਾ ਰਿਹਾ। ਜਾਣਕਾਰੀ ਦਿੰਦਿਆਂ ਹੋਇਆ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਵਰ ਵਧੂ ਦੇ ਫੇਰੇ ਖਤਮ ਹੋਣ ਤੋਂ ਬਾਅਦ ਜਦੋਂ ਪੈਲਸ ਪਹੁੰਚੇ ਤਾਂ ਮੇਲੇ ਦੀ ਰਸਮ ਤੋਂ ਬਾਅਦ ਸ਼ਗਨ ਵੇਲੇ ਲੜਕੀ ਅਤੇ ਉਹਨਾਂ ਦੇ ਪਰਿਵਾਰ ਨੂੰ ਦਿੱਤੇ ਜਾਣ ਵਾਲੇ ਗਹਿਣਿਆਂ ਦਾ ਭਰਿਆ ਬੈਗ ਖੋਲ ਕੇ ਇੱਕ ਟੇਬਲ ਤੇ ਰੱਖ ਦਿੱਤਾ ਅਤੇ ਕੁਝ ਦੇਰ ਬਾਅਦ ਟੇਬਲ ਤੇ ਰੱਖਿਆ ਬੈਗ ਗਾਇਬ ਹੋ ਗਿਆ ਸੀ। ਪੈਲਸ ਦੇ CCTV ਵਿੱਚ ਦੇਖਿਆ ਤਾਂ ਸੂਟ ਬੂਟ ਪਾਏ ਇੱਕ ਨੌਜਵਾਨ ਨੇ ਬੈਗ ਟੇਬਲ ਤੋਂ ਚੁੱਕਿਆ ਅਤੇ ਆਪਣੇ ਮੋਢੇ ਤੇ ਰੱਖੇ ਕੋਟ ਥੱਲੇ ਲੁਕੋ ਕੇ ਫਰਾਰ ਹੋ ਗਿਆ। ਦੂਜੇ ਪਾਸੇ ਸਿਟੀ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੈਲਸ ਦੀ CCTV ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।